ਮੈਨੂੰ ਇਹਨਾਂ ਦਾ ਫੋਨ ਆਇਆ, ਕਹਿੰਦੇ ਜੀ ਮਹਾਂਵੀਰ ਜੈਨ ਕਾਨੂੰਨੀ ਲੜਾਈ ਹੋ ਗਈ ਆ। ਪਹਿਲਾਂ ਦਿਨੇ ਵੀ ਫੋਨ ਆਇਆ ਸੀਗਾ ਮੈਨੂੰ ਇਹਨਾਂ ਦਾ, 6:30 ਵਜੇ ਦੇ ਕਰੀਬ, ਕਹਿੰਦੇ ਸਾਡੀ ਲੜਾਈ ਹੋ ਗਈ ਆ। ਮੈਂ ਚਲੋ ਕੋਈ ਗੱਲ ਨਹੀਂ, ਆਪਾਂ ਦੇਖ ਕੇ ਬਰਾਦਰੀ ਦਾ ਮਸਲਾ ਵਾ, ਆਪਾਂ ਬੈਠ ਕੇ ਨਿਬੇੜ ਦਾਂਗੇ। ਹਾਂਜੀ ਠੀਕ ਹੈ ਜੀ। ਇਹਨਾਂ ਨੇ ਹੁਣ ਫਿਰ ਫੋਨ ਕੀਤਾ ਵਾ, ਕਹਿੰਦੇ ਸਾਡੇ ਘਰੇ ਫਿਰ ਅਟੈਕ ਕਰਤਾ। ਇਹਨਾਂ ਦੇ ਭਰਾ ਛੋਟੇ ਦੇ ਨਾਲ ਰਾਘਵ ਨਾਲ ਕੋਈ ਝਗੜਾ ਹੋਇਆ ਸੀ ਕਿਸੇ ਟਾਈਮ, ਸ਼ਾਦੀ ਵਿਆਹ ਸ਼ਾਦੀ ਦੇ ਦੌਰਾਨ ਚੱਲਦੇ ਹੋਏ ਉੱਥੇ ਖਾ ਪੀ ਰਹੇ ਸੀ, ਇੰਜੋਏ ਕਰ ਰਹੇ ਸੀ, ਆਪਾਂ 'ਚ ਇਹਨਾਂ ਦੀ ਕੋਈ ਬੋਲਬਾਣੀ ਹੋ ਗਈ, ਉੱਥੇ ਲੜ ਪਏ। ਅੱਛਾ ਜੀ। ਉਹਦੀ ਰੰਜੀ ਚੱਲਦੇ ਹੋਏ ਅੱਜ ਇਹਨਾਂ ਦੇ ਘਰੇ ਅਟੈਕ ਕਰਤਾ। ਅੱਛਾ ਜੀ। ਤੇ ਹੁਣ ਤੁਸੀਂ ਕਿੱਥੇ ਆਏ ਹੋ, ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਹੈਬੋਲ ਥਾਣੇ ਪਹੁੰਚੇ ਹਾਂ ਜੀ, ਦਰਖਾਸਤ ਲਿਖਾਣ, ਸਾਰਾ ਸਾਰੀ ਮਹਾਂਵੀਰ ਜੈਨ ਕਲੋਨੀ ਜਿੰਨੇ ਵੀ ਲੋਕ ਹੈਗੇ ਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ। ਉਹਨਾਂ ਦੇ ਘਰੇ ਇੱਟਾਂ ਮਾਰੀਆਂ ਗਈਆਂ, ਕੁਝ ਗੱਡੀਆਂ ਦੇ ਸ਼ੀਸ਼ੇ ਭੰਨਤੇ, ਸ਼ਰਾਬ ਦੀ ਬੋਤਲਾਂ ਮਾਰੀਆਂ। ਜਿਹੜਾ ਮੌਕਾ ਜਾ ਕੇ ਦੇਖਿਆ ਵਾ ਉੱਥੇ, ਹੁਣ ਅਨਸਰ ਕੋਰ ਨੇ, ਅਨਸਰਾਂ ਦਾ ਤਾਂ ਸਾਨੂੰ ਪਤਾ ਨਹੀਂ ਕੌਣ ਨੇ, ਬਾਕੀ ਪੁਲਿਸ ਪ੍ਰਸ਼ਾਸਨ ਕੋਲੇ ਇਹੀ ਮੰਗ ਕਰਦੇ ਆ ਕਿ ਵੀ ਜਲਦ ਤੋਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਅੱਜ ਜੀ ਮੈਂ ਪੈਟਰੋਲ ਪੰਪ ਤੇ ਤੇਲ ਪਵਾਉਣ ਗਿਆ ਸੀਗਾ ਜੀ। ਅੱਛਾ ਜੀ। ਤੇ ਮੈਨੂੰ ਉਹਨਾਂ ਨੇ ਘੇਰਿਆ ਜੀ। ਕਿਹਨਾਂ ਨੇ ਘੇਰਿਆ ਜੀ? ਅਭਿਸ਼ੇਕ ਨੇ ਤੇ ਉਹਨੇ ਸ਼ਿਬੂ ਨੇ ਤੇ ਫਾਤੇ ਨੇ ਤੇ ਸੁਮਿਤ ਨੇ ਜੀ, ਮੈਨੂੰ ਘੇਰਿਆ ਜੀ। ਅੱਜ ਵਿਆਹ ਚ ਲੜਾਈ ਸੀ ਜੀ। ਅੱਛਾ ਜੀ। ਹਾਂਜੀ, ਹੁਣ 3 ਨਵੰਬਰ ਨੂੰ ਹੋਈ ਸੀਗੀ ਲੜਾਈ, ਮੈਨੂੰ ਉਹਨਾਂ ਨੇ ਘੇਰਿਆ ਜੀ। ਹਾਂਜੀ ਜੀ। ਤੇ ਮੇਰਾ ਪਲਸਤਰ ਵੀ ਹੋਇਆ ਸੀਗਾ ਜੀ ਪਹਿਲਾਂ, ਹੁਣ ਪਹਿਲਾਂ ਜੀ। ਅੱਛਾ, ਮੈਂ ਪਹਿਲਾਂ ਵੀ ਤੈਨੂੰ ਕੁੱਟਿਆ ਸੀਗਾ? ਹਾਂਜੀ ਹਾਂਜੀ। ਅੱਛਾ ਜੀ। ਹਾਂਜੀ ਤੇ ਅੱਜ ਫੇਰ ਕਹਿੰਦੇ ਮੈਨੂੰ ਕੁੱਟ ਕੇ, ਮੈਨੂੰ ਕਹਿੰਦੇ ਕਿ ਮੈਂ ਤੇਰੇ ਮੱਲੀ ਆ ਰਿਹਾ ਵਾਂ। ਅੱਛਾ ਜੀ। ਹੁਣ ਜੀ ਮੱਲੇ ਆਏ ਸੀਗੇ ਜੀ? ਹਾਂਜੀ, ਦੋ ਵਾਰ ਆਏ ਜੀ। ਅੱਛਾ। ਪਹਿਲਾਂ 5 ਵਜੇ ਆਏ ਸੀਗੇ ਜੀ, ਹੁਣ ਆਏ ਜੀ ਫੇਰ ਰਾਤ। ਕਿੰਨੇ ਬੰਦੇ ਆਏ ਸੀ? 15 ਬੰਦੇ ਆਏ ਸੀਗੇ ਜੀ। ਅੱਛਾ ਜੀ। ਉਹ ਕਿੰਨੇ ਬੰਦੇ ਤੈਨੂੰ ਜਾਣ ਪਛਾਣ ਤੇ? 5 ਮੁੰਡੇ ਆ ਜੀ ਮੇਰੇ ਜਾਣ ਪਛਾਣ ਵਾਲੇ। ਕਿਹੜੇ? ਇੱਕ ਫਾਤਾ ਜੀ, ਇੱਕ ਸੁਮਿਤ ਤੇ ਇੱਕ ਅਭਿਸ਼ੇਕ ਤੇ ਇੱਕ ਸਿੱਬੂ। ਅੱਛਾ ਜੀ। ਉਹਨਾਂ ਕੀ ਕੀਤਾ? ਤੇ ਉਹਨਾਂ ਨੇ ਜੀ ਬੋਤਲਾਂ ਮਾਰੀਆਂ ਤੇ ਇੱਟਾਂ ਮਾਰੀਆਂ ਜੀ ਘਰ ਚ। ਕਿਹੜੀ ਜਗ੍ਹਾ ਤੇ? ਮਹਾਂਵੀਰ ਜੈਨ ਕਲੋਨੀ ਜੀ, 3 ਨੰਬਰ ਗਲੀ ਆ। ਅੱਛਾ ਜੀ। ਹਾਂਜੀ। ਹਥਿਆਰ ਵੀ ਦੱਸ ਦਿੰਦੇ ਜੀ? ਹਥਿਆਰ ਵੀ ਸੀਗੇ ਜੀ, ਡੰਡਾਸੇ ਲੈ ਰਹੇ ਸੀ, ਟੋਕਿੰਗ ਡੰਡਾਸੇ ਲੈ ਰਹੇ ਸੀਗੇ ਜੀ। ਹੋਰ ਕੀ ਕੀ ਸੀ ਉਹਨਾਂ ਕੋਲ? ਕਰਪਾਨਾ ਸੀਗੇ ਜੀ ਤੇ ਕੰਚ ਦੀ ਬੋਤਲਾਂ ਸੀਗੇ ਜੀ, ਇੱਟਾਂ ਹੀ ਮਾਰੀਆਂ ਜੀ ਘਰ ਚ ਜੀ। ਤੇ ਫੜੇ ਗਏ ਕੁਝ ਬੰਦੇ ਕਿ ਨਹੀਂ? ਨਹੀਂ, ਭੱਜ ਗਏ ਸਾਰੇ। ਭੱਜ ਗਏ ਜੀ। ਬੜੀ ਸੁਣਾਈ ਨਹੀਂ ਹੋ ਰਹੀ ਪੁਲਿਸ ਚ। ਹਾਂਜੀ। 25-30 ਮੁੰਡੇ ਸੀਗੇ, ਨੰਗੀ ਕਰਪਾਨਾ ਗੰਡਾਸੀਆਂ ਲੈ ਕੇ ਪੂਰੇ ਮਹੱਲੇ ਲਲਕਾਰਾ ਮਾਰ ਗਏ। ਕਹਿੰਦੇ ਕੱਤੀ ਬੋਤਲਾਂ ਦਾਰੂ ਸ਼ਰਾਬ ਨੂੰ ਪੀਤੇ ਕਿ ਚਾਹ ਚੌਥ ਤੀਜਾ ਗੇੜਾ ਚੌਥਾ ਗੇੜਾ ਸੀ ਇਹ ਦੂਜਾ ਗੇੜਾ ਸੀਗਾ। ਤੀਜਾ ਧਮਕੀ ਦੇ ਗਏ ਨੇ, ਧਮਕੀ ਦੇ ਗਏ, ਕਰਪਾਨਾ ਇੱਟਾਂ ਮਾਰ ਗਏ, ਕਹਿੰਦੇ ਪੂਰੇ ਮਹੱਲੇ ਨੂੰ ਮਾਰ ਗਏ ਲਲਕਾਰਾ। ਕਿਹੜੀ ਗੱਲੋਂ ਭਾਈ? ਇਹ ਨਾ ਸਾਡੇ ਫੈਮਿਲੀ ਮੈਟਰ ਸੀਗਾ ਜੀ, ਵਿਆਹ ਸੀਗਾ ਜੀ ਸਾਡੇ ਘਰ ਦਾ ਜੀ, ਭੈਣ ਦਾ ਵਿਆਹ ਸੀਗਾ ਜੀ, ਉੱਥੇ ਡੀਜੇ ਤੇ ਕੋਈ ਗੱਲ ਹੋ ਗਈ ਸੀਗੀ ਜੀ, ਬਸ ਉੱਥੇ ਗੱਲ ਸ਼ੋਟ ਆਊਟ ਹੋ ਗਈ, ਪੁਲਿਸ ਵਾਲੇ ਆ ਗਏ, ਸਾਰੀ ਗੱਲ ਹੋ ਗਈ ਸੀਗੀ ਜੀ। ਇਹਨਾਂ ਨੇ ਜੀ ਫਿਰ ਬਾਅਦ 'ਚ ਭਰਾ ਮੇਰਾ ਛੋਟਾ ਜੀ ਸਕੂਲ ਦੇ ਵਿੱਚ ਪੇਪਰ ਦੇਣ ਗਿਆ ਜੀ, ਪੇਪਰ ਦੇਣ ਤੋਂ ਬਾਅਦ ਜੀ ਉਹਨਾਂ ਨੇ ਜੀ ਉਹਨੂੰ ਇਕੱਲੇ ਨੂੰ ਕੁੱਟਿਆ ਜੀ, 16 ਮੁੰਡਿਆਂ ਨੇ ਜੀ ਫੜ ਕੇ ਜੀ। ਫਿਰ ਜੀ ਘਰੇ ਆ ਗਏ ਅਗਲੇ ਦਿਨ ਅਸੀਂ ਜੀ, ਫਿਰ ਅਸੀਂ ਦਰਖਾਸਤ ਲਿਖਾਤੀ ਥਾਣੇ ਜੀ, ਉਦੋਂ ਕੋਈ ਕਾਰਵਾਈ ਨਹੀਂ ਹੋਈ ਜੀ। ਅਗਲੇ ਦਿਨ ਜੀ ਫਿਰ ਉਹਨਾਂ ਨੇ ਜੀ ਉਹ ਪੈਟਰੋਲ ਪੰਪ 'ਤੇ ਤੇਲ ਪਵਾਉਣ ਗਿਆ ਜੀ, ਉਹਨੂੰ ਜੀ ਫਿਰ ਫੜ ਕੇ ਘੇਰ ਲਿਆ ਜੀ, ਫਿਰ ਕੁੱਟਿਆ ਜੀ ਉਹਨੂੰ ਉਹਨਾਂ ਨੇ, ਅੱਜ ਜੀ ਫਿਰ ਕੁੱਟਿਆ ਜੀ। ਫਿਰ ਅੱਜ ਉਹ ਜੀ ਫਿਰ ਸਾਡੇ ਘਰੇ ਵੀ ਆ ਗਏ ਜੀ, ਸਾਡੇ 5 ਵਜੇ। ਰਾਘਵ ਆ ਜੀ। ਭਾਅ ਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਪਏ ਹਾਂ, ਪੁਲਿਸ ਵਾਲਿਆਂ ਨੇ ਪਹਿਲਾਂ ਵੀ 10 ਵਾਰੀ ਫੋਨ ਕੀਤਾ, ਤਾਂ 1 ਵਾਰੀ ਪਹੁੰਚੇ ਆ, ਹੁਣ ਵੀ 4-5 ਵਾਰੀ ਫੋਨ ਕੀਤਾ ਜੀ, ਹੁਣ ਤੱਕ ਵੀ ਜੀ ਹੁਣ ਸਾਨੂੰ ਮੱਲਿਓ ਖੁਦ ਹੀ ਆਣਾ ਪਿਆ ਜੀ, ਸਾਰੇ ਆ ਮੱਲੇ ਵਾਲੇ ਖੜੇ ਆ ਜੀ। ਅੱਛਾ ਜੀ। ਆਪਣੇ ਆਪ ਹੀ ਆਣਾ ਪਿਆ, ਕੋਈ ਪੁਲਿਸ ਵਾਲੇ ਨਹੀਂ ਆਏ ਜੀ ਉੱਥੇ। ਸਾਡੀ ਕੇ ਵਿੱਚ ਮੇ ਰਬ ਪੜਤਾ ਮੇਰਾ ਮੁੰਡਾ ਰਜਿੰਦਰਾ ਸਕੂਲ ਮੇ, ਰਜਿੰਦਰਾ ਸਕੂਲ ਮੇ ਕਮ ਸੇ ਕਮ 10-15 ਮੁੰਡੋ ਨਾ ਘੇਰ ਕੇ ਉਹ ਕੁੱਟਾ, ਜਾਂ ਤਾਂ 11 ਵਜੇ ਆ ਜਾਂਦਾ ਸੀਗਾ ਰੋਜ਼, ਉਸ ਦਿਨ 3 ਵਜੇ ਆਇਆ ਘਰੇ। ਅੱਛਾ ਜੀ। ਪਤਾ ਨਹੀਂ ਕਿਤੇ ਕਿਤੇ ਲੈ ਕੇ ਗਏ ਮੇਰੇ ਮੁੰਡੇ ਨੂੰ, ਫਿਰ ਉਹ ਕੱਲ ਗਿਆ ਪੈਟਰੋਲ ਪੰਪ, ਪਤਾ ਵੀ ਨਹੀਂ ਚੱਲਿਆ, ਫਿਰ ਉਹ ਅੱਜ ਗਿਆ 5-1 ਵਜੇ ਅਸੀਂ ਪੈਟਰੋਲ ਪੰਪ ਤੇਲ ਪਵਾਉਣ, ਉਹਨੂੰ ਫਿਰ ਕੁੱਟ ਦਿਆ ਵਾਂ ਅਸੀਂ ਪਕੜ ਕੇ। ਫਿਰ ਉਸਕੇ ਬਾਅਦ ਉਹਨਾਂ ਨੇ ਘਰੇ ਆ ਕੇ ਦੱਸਿਆ, ਫਿਰ ਕਹਿੰਦੇ ਅਸੀਂ ਤਾਂ ਘਰੇ ਹੀ ਆਉਣ ਲੱਗ ਰਹੇ ਤੁਹਾਡੇ, ਫਿਰ ਘਰ ਆ ਕੇ 3 ਵਾਰੀ ਆ ਚੁੱਕੇ ਜਬ ਸਰ। ਤੁਹਾਡੇ ਮੁੰਡੇ ਕੀ ਕੀਤਾ ਕੀ ਉਹਨਾਂ ਨੇ?
ਕੁਛ ਵੀ ਨਹੀਂ ਕੀਤਾ, ਬਸ ਇੱਕ ਮੁੰਡੇ ਨੂੰ ਮਾਰ ਰਹੇ ਸੀਗੇ ਉਹਨਾਂ ਨੇ, ਉਸਨੇ ਠਾ ਕੇ ਛੁਟਾ ਦਿੱਤਾ, ਹੋਰ ਕੁਛ ਨਹੀਂ ਕੀਤਾ। ਕਹਿੰਦੇ ਤੂੰ ਵਿੱਚ ਕਿਉਂ ਬੜਾ, ਅਭੀ ਇਹੀ ਕਹਿ ਰਹੇ ਹਮ ਤੋ ਕਿ ਬਸ ਦੇਖੋ ਜਬ ਹਮਾਰੇ ਬੱਚੋ ਹਰ ਇੱਕ ਜਗ੍ਹਾ ਜਾਏਂਗੇ, ਉਨਕੋ ਬਾਰ ਬਾਰ ਕੋਈ ਇਸ ਤਰ੍ਹਾਂ ਪਰੇਸ਼ਾਨ ਨਾ ਕਰੇ, ਨਾ ਕੋਈ ਪੁਲਿਸ ਵਾਲੇ ਵੀ ਨਹੀਂ ਹਮਾਰੀ ਸੁਣ ਰਹੇ, ਹਮੇ ਕੁਛ ਨਹੀਂ ਚਾਹੀਏ ਲੜਾਈ ਝਗੜਾ, ਬਸ ਹਮੇ ਤਾਂ ਇਹ ਚਾਹੀਏ ਕਿ ਹਮਾਰੇ ਬੱਚੇ ਜਾਂ ਵੀ ਜਾਵਾਂ ਆਪਣਾ ਰਾਜ਼ੀ ਖੁਸ਼ੀ ਰਵਾਂ। ਉਹਨਾਂ ਨੇ ਪੜ੍ਹਨਾ ਵੀ ਹੈ, ਕੰਪਲੇਂਟ ਪਰਸੋਂ ਕੀ ਦਿੱਤੀ ਹੋਈ ਹੈਗੀ, ਹੁਣ ਵੀ ਦੇ ਕੇ ਗਏ, ਜਦ ਵੀ ਨਹੀਂ ਗਏ, ਕੁਛ ਨਹੀਂ ਹੋਈ।